ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦਿਨ ਹੈਗਾ ਜੀ ਮੰਗਲਵਾਰ ਅਤੇ ਤਰੀਕ ਹੈਗੀ ਆ 21 ਫਰਵਰੀ। ਅਤੇ ਅੱਜ ਆਪਾਂ ਹੈਗੇ ਹਾਂ ਜੀ ਘਰ, ਛੁੱਟੀ ਕੀਤੀ ਆਪਾਂ। ਅਤੇ ਅੱਜ ਛੁੱਟੀ ਕਰਨ ਦਾ ਕਾਰਨ ਇਹ ਹੈ ਕਿ ਜੀ ਆਪਾਂ ਅੱਜ ਕਿਤੇ ਜਾਣਾ ਮਰਗ ਦੇ ਭੋਗ 'ਤੇ। ਮਰਗ ਦਾ ਭੋਗ ਮਤਲਬ ਕਿ ਸਾਡੇ ਇੱਕ ਪੂਜਨੀ ਮਾਸੜ ਜੀ ਸਰਦਾਰ ਜਗਮੋਹਨ ਸਿੰਘ ਜੀ, ਉਹ ਪਿਛਲੇ ਦਿਨੀਂ ਕੁਛ ਪੁਰਾਣਾ ਕਰ ਗਏ ਸੀਗੇ, ਉਹਨਾਂ ਦੀ ਅੱਜ ਅੰਤਿਮ ਅਰਦਾਸ ਹੈ ਜੀ। ਠੀਕ ਹੈ ਜੀ, ਅਤੇ ਆਪਾਂ ਰੈਡੀ ਹਾਂ ਜਾਣ ਲਈ। 11:30 ਵਜੇ ਦੇ ਕਰੀਬ ਆਪਾਂ ਘਰੋਂ ਚੱਲਾਂਗੇ, ਮੈਂ ਚੱਲਾਂਗਾ, ਮੈਡਮ ਜਾਏਗੀ, ਅਤੇ ਬਾਕੀ ਮੰਮੀ ਹੈਗੇ ਆ, ਬ੍ਰਦਰ ਨੇ ਅਤੇ ਉਹਨਾਂ ਦੀ ਵਾਈਫ, ਅਤੇ ਆਪਾਂ ਸਾਰੇ ਅੱਜ ਚੱਲਾਂਗੇ ਜੀ ਭੋਗ 'ਤੇ। ਠੀਕ ਆ ਜੀ, ਅੰਤਿਮ ਅਰਦਾਸ ਦੇ ਵਿੱਚ ਅਤੇ ਸਾਹਿਬਪ੍ਰੀਤ ਸਿੰਘ ਜੀ ਵੀ ਅੱਜ ਤਾਂ ਰੈਡੀ ਨੇ, ਇਹ ਬਸ ਫੋਨ 'ਚ ਖੋਵੇ ਰਹਿੰਦੇ ਨੇ। ਜਦੋਂ ਦੇਖ ਲਓ ਤੁਸੀਂ ਜਿੰਨੀਆਂ ਵੀ ਮੇਰੀਆਂ ਅੱਜ ਤੱਕ ਤੁਸੀਂ ਵੀਡੀਓ ਦੇਖੀਆਂ ਨੇ, ਵੀ ਇਹ ਘਰ ਦੇਖਿਆ ਵੀ ਬਿਨਾਂ ਫੋਨ ਤੋਂ ਹੋਵੇ। ਇਹ ਹੱਟ ਹੈ, ਮੇਰੇ ਹੱਥ 'ਚ ਫੋਨ ਹੁੰਦਾ, ਪੜ੍ਹਨ ਦਾ ਤਾਂ ਨਾਂ ਨਹੀਂ, ਜਾਂ ਇਹ ਟੀ ਵੀ ਦੇਖਦਾ ਹੁੰਦਾ। ਅਤੇ ਬਾਹਰ ਮੌਸਮ ਧੁੱਪ ਖਿਲੀ ਪਈ ਆ, ਕਿਉਂਕਿ ਟਾਈਮ ਬਹੁਤ ਹੋ ਗਿਆ, 10:15 ਦਾ ਟਾਈਮ ਹੋ ਚੁੱਕਿਆ ਵਾ। ਠੀਕ ਆ ਜੀ, ਇਹ ਦੇਖੋ ਜੀ ਬੇਟੀ ਵੀ ਰੈਡੀ ਆ, ਇਹ ਅੱਜ ਆਪਦੀ ਚਾਚੀ ਕੋਲ ਰਹੂਗੀ। ਅਤੇ ਆ ਜਲੋ ਜੀ ਆਪਣੇ ਮੈਡਮ ਨੇ ਆਪਣਾ ਕੰਮ ਨਿਬੇੜ ਲਿਆ, ਵਾਸ਼ਿੰਗ ਮਸ਼ੀਨ ਸਾਰੀ ਕਰਤੀ ਇਹਨਾਂ ਨੇ, ਕੱਪੜੇ ਟੰਗ ਦੇ ਤਾਰਾਂ 'ਤੇ। ਸਾਹਿਜਪ੍ਰੀਤ ਸਿੰਘ ਜੀ ਆ ਗਏ ਨੇ ਬਾਹਰ, ਗੱਡੀ ਆਪਣੀ ਰੈਡੀ ਆ। ਦੇਖੋ ਆਪਣੇ ਦੋ ਨੰਨੇ ਮੁੰਨੇ ਖਰਗੋਸ਼ ਗੱਡੀ ਦੇ ਵਿੱਚ ਬੈਠੇ, ਇਹ ਵੀ ਝਾਕਦੇ ਨੇ ਬਾਹਰ ਨੂੰ ਵੀ ਚਲੋ ਚੱਲੀਏ ਅੰਦਰ, ਕਹਿੰਦੇ ਤਾੜਿਆ ਸਾਨੂੰ ਬਾਹਰ ਦਾ ਗੇੜਾ ਘੁਮਾਓ। ਗੱਡੀ ਆਪਾਂ ਕਰਤੀ ਸਾਫ਼, ਆਪਣੀ ਆਲਟੋ, ਠੀਕ ਹੈ ਜੀ, ਬਿਲਕੁਲ ਸਾਫ਼ ਹੈ। ਬਸ ਆਪਾਂ ਚੱਲਦੇ ਹਾਂ, ਮੈਡਮ ਨਾ ਲਵੇ, ਆਪਾਂ ਰੈਡੀ ਹਾਂ ਜੀ। ਬਸ ਸਾਹਿਜਪ੍ਰੀਤ ਸਿੰਘ ਜੀ ਸਾਡੇ ਰੈਡੀ ਹੈ, ਪਰ ਇਹਨੇ ਸਾਡੇ ਨਾਲ ਨਹੀਂ ਜਾਣਾ। ਇਹ ਹੈਗੇ ਨੇ ਘਰ ਹੀ ਅੱਜ, ਇਹ ਆ ਵੀ ਚਾਚੀ ਦੇ ਕੋਲ ਜਾ ਕੇ ਅੱਜ ਖਾਣਗੇ ਰਾਸ਼ਨ ਉੱਧਰਲਾ, ਅਸੀਂ ਰਾਸ਼ਨ ਖਾਣ ਚੱਕਦੇ ਹਾਂ ਫਟੇ। ਅਸੀਂ ਇਹਨਾਂ ਦੀ ਫੇਵਰੇਟ ਡਿਸ਼ ਬਣਨੀ ਹੈ ਫਿਰ ਅੱਜ, ਉਹਦੇ ਜਦੋਂ ਜਾਊਗਾ ਇਹ ਵੀ, ਚਾਚੀ ਨੂੰ ਪਤਾ ਵੀ ਇਹ ਫੇਵਰੇਟ ਡਿਸ਼ ਕਿਹੜੀ ਆ, ਉਹ ਬਿੰਦ ਲਾਉਂਦੀ ਆ ਬਣਾਉਣ ਨੂੰ। ਇਹ ਵੀ ਜਾ ਕੇ ਖੁਸ਼ ਹੋ ਜਾਂਦਾ ਉੱਧਰ ਕਿ ਹਾਂਜੀ ਚਾਚੀ ਨੇ ਚਾਹ ਡਿਸ਼ ਬਣਾ ਤੀ। ਠੀਕ ਹੈ ਜੀ, ਬਣਨਾ ਕੀ ਆ ਫੇਵਰੇਟ ਤੇਰਾ ਪਤਾ ਤੂੰ? ਸਾਹਿਬਜੀ ਦਾ ਫੇਵਰੇਟ ਪਤਾ ਕੀ ਆ? ਦੱਸੀ ਇਹ ਆ ਤੇਰੀ ਦੀ ਦੇਖਿਆ, ਇਹ ਆ ਚੌਲਾਂ ਦਾ ਖਾਧਾ, ਦਾਲ ਚੌਲ ਬਣਨਗੇ ਜੀ ਇਹਦੇ ਲਈ ਸਪੈਸ਼ਲ। ਠੀਕ ਆ ਜੀ, ਭੋਗ 'ਤੇ ਵੀ ਅੱਜ ਦੇਖਦੇ ਹਾਂ ਕੀ ਹੋਊਗਾ ਜੀ, ਉੱਥੇ ਵੀ ਅੱਜ ਵਧੀਆ ਪ੍ਰੋਗਰਾਮ ਉਹਨਾਂ ਦਾ ਹੈ, ਕਿਉਂਕਿ ਸਾਡੇ ਮਾਸੜ ਜੀ ਕਾਫੀ ਸੀਗੇ ਅਤੇ ਵਧੀਆ ਪਾਉਣਗੇ। ਚਲੋ ਚੱਲੇ ਜੀ ਇੱਕ ਤੋਂ ਦੁਨੀਆ ਤੋਂ, ਅਤੇ ਦੂਸਰਾ ਕਿ ਆਪਾਂ ਖਾਤਾ ਸੁੱਖਣ ਵਾਲੇ, ਕਹਿੰਦੇ ਖਾਤਾ ਕਰ ਦਿੰਦੇ ਨੇ ਪੰਜਾਬੀ। ਇਹ ਤੁਸੀਂ ਮੇਰੇ ਤਾਂ 70-72 ਤੋਂ ਉੱਪਰ ਸੀਗੇ ਜੀ ਉਹ। ਠੀਕ ਹੈ ਜੀ, ਬੇਟੀ ਇੱਕ ਉਹਨਾਂ ਦੀ, ਉਹ ਹੈਗੀ ਹੈ ਇਟਲੀ। ਠੀਕ ਹੈ, ਬਾਕੀ ਹੋਰ ਰਿਸ਼ਤੇਦਾਰਾਂ ਨਾਲ ਜਿੱਦਾਂ ਟਾਈਮ ਲੱਗਿਆ ਤਾਂ ਤੁਹਾਨੂੰ ਬਣਾਵਾਂਗੇ, ਨਹੀਂ ਆਪਾਂ ਤਾਂ ਫਿਰ ਹੈਗੀਆਂ ਰੈਡੀ ਹਾਂ ਆਪਾਂ। ਬਸ ਮੈਡਮ ਛੇਤੀ ਕਰੋ ਬਈ, ਫਿਰ ਤਾਂ ਬਸ ਕੁਛ ਤੋਂ ਹੋ ਰਹੇ ਨੇ। ਮੈਡਮ ਤਕਰੀਬਨ ਉਹੀ 11:15 ਕਰ ਦਿੰਦੇ ਨੇ, ਠੀਕ 11:30 ਕਹਿਣ ਦਾ ਭਾਵ ਉਧਰੋਂ ਮਾਤਾ ਦੇ ਫੋਨ ਆਈ ਜਾਂਦੇ ਨੇ ਅਤੇ ਛੇਤੀ ਕਰੋ ਛੇਤੀ ਕਰੋ। ਠੀਕ ਆ, ਆਪਾਂ ਫਿਰ ਬੱਚਿਆਂ ਨੂੰ ਛੱਡ ਕੇ ਫਿਰ ਆਪਾਂ ਉੱਥੇ ਚੱਲਾਂਗੇ। ਠੀਕ ਹੈ ਜੀ, ਚਲੋ ਫਿਰ ਰਾਹ 'ਚ ਜੋ ਕੁਝ ਵੀ ਹੋਊਗਾ ਵਧੀਆ ਹੋਇਆ ਤੁਹਾਨੂੰ ਦਿਖਾਉਂਦੇ ਜਾਵਾਂਗੇ। ਇੱਥੇ ਜਾਵਾਂਗੇ ਪਹਿਲਾਂ ਆਪਾਂ ਡੇਲੋ ਤੋਂ ਸਿੱਧਾ ਜਾਵਾਂਗੇ ਆਪਾਂ ਜੋਧਾਂ ਨੂੰ, ਜੋਧਾਂ ਆਪਣੇ ਹੈਗੇ ਸਹੁਰੇ, ਨਾਲ ਸੱਸੂਆਂ ਨੂੰ ਬਿਠਾਵਾਂਗੇ ਅਤੇ ਇੱਥੇ ਆਪਣੀਆਂ ਦੋ ਕੁੜੀਆਂ ਨੇ ਵੀ ਆਉਣਾ ਵਾ, ਉਹਨਾਂ ਨੇ ਆਉਣਾ ਜੀ ਜਗਰਾਉਂ ਤੋਂ, ਉਹ ਆਉਣਗੀਆਂ, ਉਹਨਾਂ ਨੂੰ ਨਾਲ ਬਿਠਾ ਕੇ ਫਿਰ ਆਪਾਂ ਚੱਲਾਂਗੇ ਪਿੰਡ ਖੰਡੂਰ। ਠੀਕ ਆ ਜੀ, ਚਲੋ ਫਿਰ ਆਪਾਂ ਤਾਂ ਰੈਡੀ ਹਾਂ ਜੀ ਹੁਣ, ਬਾਕੀ ਹੁੰਦੇ ਨੇ ਵੀ ਰੈਡੀ, ਫਿਰ ਚੱਲਦੇ ਹਾਂ। ਲਓ ਜੀ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾਉਂਦੇ ਹਾਂ, ਇਹ ਸਾਡੇ ਨਾ ਡੇਲੀ ਹੁੰਦਾ ਜੀ ਇਹ, ਆਹ ਦੇਖੋ ਉੱਧਰ, ਚਾਹੇ ਸਾਲਾ ਤਾਰੀਆਂ ਲਾ ਕੇ ਬਾਹਰ ਜਿੱਥੇ ਮਰਜ਼ੀ, ਚਾਹੇ ਹਰੀ ਕੇ ਪੱਤਣ ਚਲੇ ਜਾ ਵਿੱਚ ਦੀ ਇੱਥੋਂ ਤਾਰੀ ਲਾ ਕੇ, ਮੈਡਮ ਸਾਡੀ ਚੱਕਦੀਆਂ ਫਟੇ ਅਸੀਂ ਸਾਰਾ ਫਸ ਅਸੀਂ ਸੁੱਖਣ ਰੱਬ ਦੀ ਕਿਰਪਾ ਨਾਲ ਰੋਜ਼ ਹੀ ਇੱਥੋਂ ਨਾ ਗਿੱਲਾ ਕਰ ਹੀ ਦਿੰਦੇ ਹਾਂ ਜੀ, ਚੱਕ ਦਿੰਦੇ ਹਾਂ ਫਟੇ, ਪਾਣੀ ਇੰਨਾ ਖੜਾ ਦਿੰਦੇ ਨਾ, ਬਸ ਸਮਝ ਲਓ ਤਰ ਕੇ ਬੰਦਾ ਸਤਲੁਜ ਪਾਰ ਕਰਕੇ ਪਾਕਿਸਤਾਨ ਚਲੇ ਜਾਓ, ਚਾਹੇ ਮੁੜ ਕੇ ਇੱਥੇ ਇੰਨਾ ਕੁ ਪਾਣੀ ਖੜਾ ਕਰ ਦਿੰਦੇ ਨੇ ਇਹ। ਮਜ਼ਾਕ ਨਾ ਮਜ਼ਾਕ ਰਿਹਾ ਜੀ, ਵੈਸੇ ਸਫਾਈ ਜ਼ਰੂਰੀ ਹੁੰਦੀ ਆ,
मैडम कहते सफाई करनी बहुत जरूरी है। ठीक है जी, इस सफाई ध्यान साढ़े डेली चलता जी, ये तो इन्ना एरिया का तकरीबन रोज ही साढ़े जिला करके एन करनी है मैडम साड़ी साफ सफाई जरूरी है जी, कहने है ना जी, कहने सफाई जरूरी है ना। अच्छा हाँ, इन्होंने पानी जिम्मे कहना ना भी हाथी मस्त रहा पानी चुने सा मैडम जी खेड खेड पानी पुणी की खेड के बहुत मस्त आ। कैंडी साड़ी कैंडी, यदा नाम निकनेम कैंडी है जी, अभी प्यार ना कैंडी कहने हैं। वैसे का नाम यदा कुलविंदर कौर है, तैयार फटे सहजप्रीत सिंह जी गड्डी बह गए। ठीक है जी, हम ब्लूटूथ राही गाने सुन गए। ठीक है जी, चलो ठीक है जी, है ओके। ये है जी पखवाल रोड, आप रायपुर फाटक ने पहुंचने हैं। मैडम देखो बैठे आराम नाल सुन देना गाने सिद्धू मूसेवाले दे, बहुत फेवरेट है इन्हां दा। लड़पे ट्रैक्टर पिछे लड़पे, ट्रैक्टर नहीं देना उन्हें दे दो ट्रैक्टर, कोई ट्रैक्टर पिछे लड़पे ओ दे दे ट्रैक्टर ओए भाई गाड़ी ले ला सुखराज ले 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 ओ पहला मुंह दे ले ना ट्रैक्टर दे ले ले गाड़ी आ दे थोड़ा दादी ने बुला के ला तो दादी मैं ट्रैक्टर दे दा बुला के ले आ बुला के ले आ दादी ने दादी ने बुला के ले आ उधर करे आ घरे उधर करे आ सरम बुला के ले आ ए दादी ने बुला के ले गया ट्रैक्टर दे दा जगराज सिंह दादा धक्के ने कब्जा करके बह गया दे दे पुत्ता दे दे ओदा छोटे दा वा लो जी आप मासड़ जी की अंतम अरदास तों करे आ गए करे आ गए। ठीक है जी, सोच रहे भी की बनाइए की करिए, मैडम ने जब भी मुकाता कुछ नहीं बना कहने जी, कहना जी फुरजी पई है थोड़ी जी सवेरे बनाई थी अज तो थोड़ा जहा सब का फेवरेट पिया साग बहुत खाने जी असी साग तो जिन्ना चर कहते जी धुनी नहीं हरी होंगी है उन्ना चर नहीं हटते साग खाना। ठीक है आ लो एक होर रेडी बन गई नाल क्या बात है, मैडम ने रायता भी बना छे मैडम थोड़े चक देने बट्टे बनाने चीज़ों का गाह पा देने इधर मुकर अच्छा भाई जी आटा किमें लाया मूँह आते हाँ इधर पैसे साग होर हाँ लो जी फुलके बन गए सहजप्रीत सिंह जी भी आ गए ने गेड़ा गुड़ा कढ़ के इन्हें दोस्त मित्र का फोन आ गया हम ये हैलो हैलो करे
ਖਾਣ ਦੇ ਟਾਈਮ ਉਹਨਾਂ ਦਾ ਹੈਲੋ ਹੈਲੋ ਹੁੰਦੀ ਰਹਿੰਦੀ ਆ ਲੱਗ ਗਿਆ ਨਾ ਹੈਲੋ ਹੈਲੋ ਕਰਨ ਇਹ ਸੇਮ ਹੀ ਆ ਜੀ ਫਿਰ ਇਹ ਸਾਡੇ ਸਾਰੇ ਪ੍ਰੀਤ ਸਿੰਘ ਜੀ ਹੁਣ ਆਪਾਂ ਫਿਰ ਖਾਣਾ ਖਾਂਦੇ ਆ ਜੀ ਠੀਕ ਆ ਜੀ ਸਾਹਿਬ ਪ੍ਰੀਤ ਸਿੰਘ ਜੀ ਫੋਨ ਗੱਲਾਂ ਕਰਦੇ ਕਰਦੇ ਬਾਹਰ ਚਲੇ ਗਏ ਅਸੀਂ ਦੋਸਤ ਮਿੱਤਰ ਨਾਲ ਪਤਾ ਨਹੀਂ ਕੀ ਗੱਲਾਂ ਮਾਰਦੇ ਨੇ ਹਰ ਪੜ੍ਹਦੇ ਹੈ ਨਹੀਂ ਗੇ ਮੈਂ ਗੱਲਾਂ ਗੁੱਲਾਂ ਮਾਰ ਕੇ ਸਾਰ ਲੈਂਦੇ ਨੇ ਵੀ ਜੇ ਪਾਹ ਪੜਾਂਗੇ ਉਹ ਪੜਾਂਗੇ ਕਿਤਾਬ ਤੂੰ ਮੈਂ ਚੱਕਦੇ ਦੇਖਿਆ ਨਹੀਂ ਗਾ ਦੋਨੇ ਵਾਲੇ ਮੈਂ ਕੁੜੀ ਚੱਕਦੀ ਹੈ ਨਾ ਇਹ ਹਾਂ ਇੱਕ ਹੋਰ ਬੇਟੀ ਅੱਜ ਹੈ ਨਹੀਂ ਜੀ ਬੇਟੀ ਚਲੀ ਗਈ ਆ ਦਾਦੀ ਘਰ ਉਹ ਦਾਦੀ ਦਾ ਫੋਨ ਆ ਜਾਂਦਾ ਜੀ ਕਹਿੰਦੀ ਮੇਰੇ ਕੋਲ ਰਹਿ ਜਾਓ ਚਾਰ ਪੰਜ ਦਿਨ ਇਹ ਹੁਣ ਉਹ ਸ਼ਾਇਦ ਸੰਡੇ ਤੱਕ ਆਊਗੀ ਆਪਣੇ ਕੋਲ ਠੀਕ ਹੈ ਜੀ ਹੁਣ ਚਾਰ ਪੰਜ ਦਿਨ ਉਹ ਦਾਦੀ ਘਰ ਰਹੂਗੀ ਅਤੇ ਫਿਰ ਹੁਣ ਸਾਰਾ ਕੰਮ ਕੁੰਮ ਮੈਡਮ ਆਪ ਹੀ ਕਰਨਗੇ ਜੇ ਕੁਝ ਮਾੜਾ ਮੋਟਾ ਸਾਨੂੰ ਕਹਿਣਗੇ ਤਾਂ ਕਰਾ ਦਾਂਗੇ ਨਹੀਂ ਤਾਂ ਫਿਰ ਆਪ ਹੀ ਲੱਗੇ ਰੱਖਣਗੇ ਮੈਂ ਆਪਾਂ ਮਾੜੀ ਮੋਟੀ ਹੈਲਪ ਕਰਾ ਦਿੰਦੇ ਨਾਲ ਜੀ ਸਬਜ਼ੀ ਸੁਬਜ਼ੀ ਬਣਾ ਲਈ ਜੀ ਆਪਾਂ ਵਧੀਆ ਅੱਜ ਆਪਾਂ ਰੈਸਪੀ ਪਾਉਣੀ ਸੀ ਅੱਜ ਫਿਰ ਉੱਧਰ ਜਾਣ ਕਰਕੇ ਆਪਣਾ ਕੰਮ ਰਹਿ ਗਿਆ ਜੀ ਹੁਣ ਇੱਕ ਅੱਧੇ ਦਿਨਾਂ ਵਿੱਚ ਦੁਬਾਰਾ ਰੈਸਪੀ ਬਣਾਵਾਂਗੇ ਆਪਾਂ ਕੋਈ ਅਤੇ ਫਿਰ ਆਪਾਂ ਆਪਣੇ ਚੈਨਲ 'ਤੇ ਚੜਾਂਗੇ ਦੂਸਰੇ 'ਤੇ ਜਿਹੜਾ ਅੱਜ ਬਲੌਗ ਮੈਂ ਪਾਇਆ ਉਹ 'ਚ ਵੀ ਤੁਸੀਂ ਦੇਖਣ ਵਾਸਤੇ ਰੈਸਪੀ ਵਾਲਾ ਹੀ ਕੰਮ ਸੀ ਜੀ ਆਪਾਂ ਸਵੇਰੇ ਬਣਾਇਆ ਸੀਗਾ ਪੇਠਾ ਮੈਡਮ ਨੇ ਬਣਾਈ ਸੀ ਗੱਲ ਭੁਰਜੀ ਤੁਸੀਂ ਦੋਨਾਂ ਵਿੱਚ ਦੱਸੋ ਜੀ ਕਮੈਂਟ ਕਰਕੇ ਫਿਰ ਮੈਨੂੰ ਹੈ ਵੀ ਆਪਾਂ ਪੇਠਾ ਵਧੀਆ ਬਣਾਇਆ ਕਿ ਮੈਡਮ ਨੇ ਭੁਰਜੀ ਵਧੀਆ ਬਣਾਈ ਆ ਬਸ ਕਮੈਂਟਾਂ ਜ਼ਰੂਰ ਦੱਸੇ ਮੈਨੂੰ ਠੀਕ ਹੈ ਜੀ ਅਤੇ ਦੱਸ ਦਿਆ ਕਰੋ ਮੈਨੂੰ ਕਮੈਂਟਾਂ ਵਿੱਚ ਮੇਰੇ ਬਲੌਗ ਕਿੱਦਾਂ ਦੇ ਲੱਗਦੇ ਨੇ ਤੁਹਾਨੂੰ ਜੀ ਠੀਕ ਆ ਅਤੇ ਉਸ ਤਰ੍ਹਾਂ ਆਪਾਂ ਥੋੜ੍ਹੇ ਮੋਟੇ ਸੁਧਾਰ ਕਰੀਏ ਕਿਉਂਕਿ ਆਪਾਂ ਜ਼ਿਆਦਾਤਰ ਘਰੇ ਹੀ ਬਣਾਉਂਦੇ ਹਾਂ ਬਾਹਰ ਤਾਂ ਕਦੇ ਜਾਂਦੇ ਨਹੀਂ ਗੇ ਕਿਉਂਕਿ ਸਵੇਰੇ ਡਿਊਟੀ ਚਲੇ ਜਾਈਦਾ ਡਿਊਟੀ 'ਤੇ ਤਾਂ ਉੱਥੇ ਸਾਡੇ ਅਲਾਓ ਨਹੀਂ ਹੈਗਾ ਜੀ ਫੋਨ ਅਤੇ ਵੀ ਇੱਦਾਂ ਕੱਢ ਕੇ ਆਪਾਂ ਫਿਰ ਵੀਡੀਓ ਬਣਾ ਸਕੀਏ ਕਿਉਂਕਿ ਹੋਸਪਿਟਲ ਹੈ ਉਹ ਹੋਸਪਿਟਲ ਦੇ ਵਿੱਚ ਫਿਰ ਉਹ ਕਹਿੰਦੇ ਨੇ ਜੀ ਤੁਸੀਂ ਨਹੀਂ ਬਣਾ ਸਕਦੇ ਠੀਕ ਹੈ ਅਤੇ ਘਰ ਆਪਾਂ ਸਵੇਰੇ ਸਾਜਰੇ ਬਣਾ ਲਈ ਦੀ ਆ ਜਾਂਦੇ 5-4 ਮਿੰਟ ਟਾਈਮ ਹੁੰਦੇ ਆ ਅਤੇ ਸ਼ਾਮ ਨੂੰ ਫਿਰ ਆ ਕੇ ਡਿਊਟੀ ਤੋਂ ਫਿਰ ਬਣਾ ਲਈ ਦੀ ਆ ਅੱਜ ਆਪਾਂ ਛੁੱਟੀ ਕੀਤੀ ਸੀਗੀ ਮੈਡਮ ਨੇ ਬਸ ਹੁਣ ਥੋੜ੍ਹੇ ਟਾਈਮ ਨੇ 5-2-3 ਫੁਲਕੇ ਇਹਨਾਂ ਦੇ ਫਿਰ ਆਪਾਂ ਬੈਠ ਕੇ ਰੋਟੀ ਖਾਂਦੇ ਹਾਂ ਅਤੇ ਸਾਡਾ ਇੱਕ ਮੈਂਬਰ ਉੱਧਰ ਚਲਾ ਗਿਆ ਅੱਜ ਹੁਸਨਪ੍ਰੀਤ ਕੌਰ ਸਾਡੀ ਉਹ ਦਾਦੀ ਘਰ ਚਲੀ ਗਈ ਅੱਜ ਅਸੀਂ 3 ਜਣੇ ਰੋਟੀ ਖਾਵਾਂਗੇ ਜੀ ਠੀਕ ਹੈ ਜੀ ਅਤੇ ਚਲੋ ਫਿਰ ਖਾਂਦੇ ਹਾਂ ਖਾਣਾ ਬਸ ਰੈਡੀ ਆ ਠੀਕ ਆ ਥੱਕੇ ਪਏ ਅੱਜ ਡਰਾਈਵਿੰਗ ਥੋੜ੍ਹੀ ਜ਼ਿਆਦਾ ਹੋ ਗਈ ਅਤੇ ਉਹਦੇ ਨਾਲ ਫਿਰ ਥੋੜ੍ਹਾ ਸਰੀਰ ਥਕਾਵਟ ਮੰਨਦਾ ਜੀ ਹੁਣ ਪਹਿਲਾਂ ਨਹੀਂ ਮੰਨਦਾ ਅਤੇ ਮੈਡਮ ਤਾਂ ਆਪਣੇ ਕੰਮ 'ਚ ਲੱਗਿਆ ਨੇ ਇਹ ਵੀ ਮੁਰਝਾਏ ਦੇ ਪਏ ਆ ਠੀਕ ਹੈ ਨਾ ਜੀ ਫਿਰ ਆਪਾਂ ਰੋਟੀ ਖਾ ਕੇ ਪੈਂਦੇ ਹਾਂ ਫਿਰ ਠੀਕ ਆ ਜੀ ਚਲੋ ਓਕੇ ਫਿਰ ਹੁਣ ਖਾਣਾ ਖਾਣਾ ਖਾ ਲਈਏ ਫਿਰ ਮੁੜ ਗਿਆ ਸਾਨੂੰ ਲਓ ਜੀ ਟਾਈਮ ਹੋ ਗਿਆ 7:35 ਠੀਕ ਹੈ ਜੀ ਖਾਣਾ ਆਪਣਾ ਹੋ ਗਿਆ ਅਤੇ ਮੈਡਮ ਨੇ ਵੀ ਆਪਣੇ ਬਰਤਨ ਵਗੈਰਾ ਕਰਤੇ ਨੇ ਜੀ ਸਾਫ਼ ਉਹ ਵੀ ਫ੍ਰੀ ਹੋ ਗਏ ਨੇ ਠੀਕ ਹੈ ਜੀ ਅਤੇ ਲਓ ਸਹਿਜਪ੍ਰੀਤ ਸਿੰਘ ਜੀ ਲਾ ਕੇ ਆਪਣੇ ਕਿੱਤੇ ਕਿਹੜਾ ਕਿੱਤਾ ਉਹਨਾਂ ਦਾ ਨਾ ਦੇਖੋ ਜੀ ਇਹ ਹੈ ਕਿੱਤਾ ਲਾਗੇ ਸਿਰਾਣੇ ਰੱਖ ਕੇ ਬਾਂ ਦੇਖਣਾ ਆਪਣਾ ਫੋਨ ਅਤੇ ਪੜ੍ਹਨ ਪੁੜਨ ਦਾ ਚਲੋ ਅਸੀਂ ਹੈ ਨਹੀਂ ਗਾ ਰੱਬ ਦੀ ਕਿਰਪਾ ਨਾਲ ਅਤੇ ਪੇਪਰ ਸਾਡੇ ਨੇੜੇ ਨੇ ਪਰ ਪੜ੍ਹਨ ਪੁੜਨ ਦਾ ਸਾਡੇ ਕੋਲ ਕੋਈ ਨਾਂ ਨਹੀਂ ਹੈਗਾ ਠੀਕ ਹੈ ਚਲੋ ਆਉਂਦਾ ਹੁਣ ਇਹਨਾਂ ਨੂੰ ਜੀ ਚਲੋ ਜੀ ਲਾਈਟਾਂ ਨੂੰ ਕਰ ਦਿਉ ਬੰਦ ਅਤੇ ਆਪਾਂ ਪਈਏ ਜੀ ਠੀਕ ਹੈ ਜੀ ਅਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਅਤੇ ਮੇਰੀਆਂ ਵੀਡੀਓ ਜ਼ਰੂਰ ਦੇਖ ਕੇ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਮੈਨੂੰ ਜੀ ਠੀਕ ਆ ਅਤੇ ਮੇਰਾ ਚੈਨਲ ਮੈਂ ਵੀ ਬਲੌਗਰ ਅਤੇ ਖਾਣੇ ਕੇ ਸ਼ੌਕੀਨ ਕੁਕਿੰਗ ਵਿਦ ਮੈਂ ਵੀ ਸਬਜ਼ੀ ਨੂੰ ਕਹਿ ਰਹੇ ਹੋ ਅਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਨਵੇਂ ਨਵੇਂ ਵੀਡੀਓ ਦੇਖਣ ਨੂੰ ਮਿਲਣ ਮੇਰੇ ਚੈਨਲ ਮੈਂ ਵੀ ਬਲੌਗਰ 'ਤੇ ਅਤੇ ਦੂਸਰਾ ਚੈਨਲ ਕੁਕਿੰਗ ਵਾਲਾ ਉੱਥੇ ਨਵੇਂ ਨਵੇਂ ਰੈਸਪੀ ਤੁਹਾਨੂੰ ਮੈਂ ਦਿਖਾਉਂਦਾ ਨਹੀਂ ਠੀਕ ਆ ਜੀ ਚਲੋ ਫਿਰ ਬਲੌਗ ਦਾ ਕਰਦੇ ਆਪਾਂ ਇੱਥੇ ਠੀਕ ਆ ਧੰਨਵਾਦ ਜੀ।